ਨੌਜਵਾਨ ਵਰਗ ਕੀ ਕੁਛ ਹੋਇਆ ਪਿਆ ਉਹਨੀ ਹੁਣ ਸਮਾਂ ਡਿਟੇਲ ਦਾ ਵੇਖੋ ਸਭ ਤੋਂ ਸਿਰੇ ਵਾਲੀ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬਖਸ਼ਿਆ ਆਹ ਸੁਣ ਲਓ ਮੈਂ ਤੁਹਾਨੂੰ ਦੱਸ ਦਿੰਦਾ ਚਿੱਠਾ ਇਹਨਾਂ ਦਾ ਇਹ ਕਹਿੰਦੇ ਜੀ ਸਾਨੂੰ ਬੇਅਦਬੀ ਵਾਲੇ ਬੰਦੇ ਨਹੀਂ ਲੱਭੇ ਇਹ ਕਹਿੰਦੇ ਨੇ ਗੱਲਾਂ ਬੇਅਦਬੀ ਵਾਲੇ ਲੱਭੇ ਨੀ ਸਾਨੂੰ ਤੇ ਮੇਰੇ ਕੋਲ ਸਾਰਾ ਪਿਆ ਮੈਂ ਤੁਹਾਨੂੰ ਆਹ ਹੋਰ ਕਰਤੂਤ ਦੱਸਦਾ ਪਹਿਲਾਂ ਵੀ ਦੱਸੀ ਆ ਉਹ ਤਾਂ ਹੁਣ ਮੈਂ ਨਾਲ ਹੀ ਰੱਖਦਾ ਫਾਇਲ ਆਹ ਮੈਂ ਦੱਸਦਾ ਨੋਟ ਕਰੋ ਆਹ ਮੇਰੇ ਕੋਲ ਹੈਗਾ ਇੱਕ ਲੈਟਰ ਹੈ ਪਹਿਲਾਂ ਤਾਂ ਤੁਹਾਨੂੰ ਦਿਖਾਦਾ ਮੈਂ ਆਰ ਟੀ ਆਈ ਪਾ ਕੇ ਸਾਰਾ ਸਮਾਨ ਇਕੱਠਾ ਕਰਿਆ ਹੈ ਦੋ ਵਾਰੀ ਪਤਾ ਕਰਿਆ ਸਰ ਆਹ ਇੱਕ ਹੈਗਾ ਪੱਤਰ ਆਪਣੇ ਕੋਲ ਤੁਹਾਨੂੰ ਪੜ੍ਹ ਕੇ ਸੁਣਾਉਣਾ ਕੋਈ ਗੱਲ ਨੀ ਆਹ ਪੱਤਰ ਹੈ ਪਹਿਲਾਂ ਮੈਂ ਪੜ੍ਹ ਕੇ ਸੁਣਾਦਾ ਇੱਕ ਵਾਰੀ ਇਹ ਕੀ ਹੈ ਆਹ ਜਿਹੜਾ ਆਪਣੇ ਕੋਲ ਜਿਹੜੇ ਇਹਨਾਂ ਦੇ ਕੋਈ ਚਮਚੀ ਕੜਛੀ ਹੋਵੇ ਕਈ ਵਾਰੀ ਤਕਲੀਫ ਮੰਦ ਹੈ ਮੈਨੂੰ ਮਿਲ ਕੇ ਜਾਇਓ ਤੇ ਨਾਲੇ ਆਹ ਗੱਲ ਦਾ ਜਵਾਬ ਦੇ ਦਿਓ ਮੈਂ ਬਾਦਲ ਦਲ ਦਾ ਪ੍ਰਚਾਰ ਕਰੂੰਗਾ ਅੱਜ ਤੋਂ ਬਾਅਦ ਇਹਦਾ ਜਵਾਬ ਦਿਓ ਮੇਰੇ ਕੋਲ ਆ ਕੇ ਆਹ ਜਿਹੜੇ ਤਕੜੀ ਤਕੜੀ ਚੱਕੇ ਫਿਰਦੇ ਝੰਡੀਆਂ ਮੈਂ ਕਰੂੰ ਬਈ ਬਾਦਲ ਦਲ ਦਾ ਪ੍ਰਚਾਰ ਮੈਨੂੰ ਇਹਦਾ ਜਵਾਬ ਦਿਓ ਮੈਂ ਲੋਕਾਂ ਨੂੰ ਕਿਹਾ ਕਰੂੰ ਵੀ ਤੱਕੜੀ ਨੂੰ ਵੋਟਾਂ ਪਾਓ ਪਰ ਮੈਨੂੰ ਇਹਦਾ ਜਵਾਬ ਦਿਓ ਜਿਹੜੇ ਆਹ ਚੀਜ਼ ਮੇਰੇ ਕੋਲ ਹੈ ਇਹਦੇ ਹੀ ਦੇ ਦਿਓ ਕੱਲੀ ਦਾ ਜਵਾਬ ਤੁਸੀਂ ਬਾਕੀ ਛੱਡੋ ਪਰ ਸੁਣ ਪੜ੍ਹ ਕੇ ਸੁਣਾਉਣਾ ਪਹਿਲਾਂ ਸੁਣ ਲਿਓ ਧਿਆਨ ਨਾਲ ਕੀ ਹੈ ਇਹ ਸੇਵਾ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਸੰਬੰਧੀ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਸੰਗਤ ਦੀ ਮੰਗ ਅਨੁਸਾਰ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੋਥੀਆਂ ਦੀ ਸਾਂਭ ਸੰਭਾਲ ਕਰਨੀ ਚਾਹੁੰਦੇ ਹਾਂ ਸਾਡੀ ਸੰਗਤ ਇਹ ਸੇਵਾ ਕਰਨਾ ਚਾਹੁੰਦੀ ਹੈ ਇਸ ਸੰਬੰਧੀ ਪ੍ਰਵਾਨਗੀ ਦਿੱਤੀ ਜਾਵੇ ਅਸੀਂ ਸਾਰੇ ਹੀ ਅੰਮ੍ਰਿਤਧਾਰੀ ਗੁਰਸਿੱਖ ਹਾਂ ਸਾਨੂੰ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਦਾ ਮੌਕਾ ਦਿੱਤਾ ਜਾਵੇ ਜੀ ਅਸੀਂ ਆਪ ਜੀ ਦੇ ਅਤ ਧੰਨਵਾਦੀ ਹੋਵਾਂਗੇ ਮਿਤੀ ਬਸ ਇੰਨਾ ਇਹ ਮਿਤੀ ਕਿਹੜੀ ਹੈ ਉਹਨੇ ਲਿਖਿਆ ਇਹ ਸੇਵਾ ਮੰਗ ਕੌਣ ਰਿਹਾ ਕਿਸੇ ਦਾ ਕੋਈ ਜ਼ਿਕਰ ਨਹੀਂ ਨਾ ਕਿਸੇ ਸੁਸਾਇਟੀ ਦਾ ਨਾਂ ਹੈ ਇਹ ਖਾਲੀ ਲੈਟਰ ਹੈ ਜੀ ਬਿਲਕੁਲ ਹੁਣ ਖਾਲੀ ਪੱਤਰ ਉੱਤੇ ਪਤਾ ਕੀ ਲਿਖਿਆ ਹੋਇਆ ਬਿਰਧ ਹੋ ਚੁੱਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੋਇੰਦਵਾਲ ਸਾਹਿਬ ਪਹੁੰਚਾਉਣ ਵਾਸਤੇ ਆਗਿਆ ਹੈ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਆ ਦੇਖ ਲਓ ਖਾਲੀ ਲੈਟਰ ਤੇ ਦੇਖ ਮਾਰ ਕੇ ਘੁੱਗੀ ਆ ਗਿੱਦੜ ਚਿੱਠੀ ਬਣਾ ਕੇ ਫੜਾਤੀ ਆਹ ਕਰਤੂਤ ਹੈ ਇਹਨਾਂ ਦੀ ਇਹਦਾ ਜਵਾਬ ਦੇਣ ਮੈਨੂੰ ਲੱਗਦਾ ਸਾਲ ਹੋ ਗਏ 8-9 ਮਹੀਨੇ ਹੋ ਗਏ ਪਹਿਲਾਂ ਵੀ ਮੈਂ ਦੱਸਿਆ ਖਾਲੀ ਤੇ ਬਣਾ ਦੀ ਜੀ ਅੱਗੇ ਸੁਣ ਲਓ ਫਿਰ ਇਹ ਚਿੱਠੀ ਦਾ ਕੀ ਬਣਿਆ ਚਾਰ ਪੰਜ ਜਾਣੇ ਸੀ ਦੋ ਬੀਬੀਆਂ ਨੇ ਕੇਸਕੀਆਂ ਕਰੀਆਂ ਦੋ ਤਿੰਨ ਜਾਣੇ ਦੋ ਉਹਨਾਂ ਨੇ ਹਰੀ ਬੱਤੀ ਵਾਲੀਆਂ ਗੱਡੀਆਂ ਲੈ ਲਈਆਂ ਗੱਡੀਆਂ ਲਈਆਂ ਤੇ ਪਿੰਡਾਂ ਵਿੱਚ ਚੱਲ ਪਏ ਵੀ ਪ੍ਰਾਤਨ ਸਰੂਪ ਸੰਭਾਲਣੇ ਆਪਣੇ ਪਿੰਡਾਂ ਚ ਨਹੀਂ ਵੀ ਪਤਾ ਹੁੰਦਾ ਕਈ ਵਾਰੀ ਗੱਲ ਦਾ ਨਹੀਂ ਵੀ ਪਤਾ ਹੁੰਦਾ ਆਪਣੇ ਚੱਲ ਵੀ ਕੋਈ ਨੀ ਗੁਰਸਿੱਖ ਨੇ ਬਈ ਸੰਭਾਲਣਾ ਸੇਵਾ ਹੋਊ ਜਿੰਨੇ ਸਰੂਪ ਮਹਾਰਾਜ ਦੇ ਸਾਰੇ ਚੱਕ ਕੇ ਲੈ ਗਏ ਓਨੇ ਨੀ ਮੈਂ ਕਹਿੰਦਾ ਮੈਨੂੰ ਪਤਾ ਨੀ ਓਨੀ ਗੱਲ ਦਾ ਮੈਂ ਓਨੀ ਓ ਕਹਿੰਦਾ ਜਿੰਨੀ ਮੈਨੂੰ ਪਤਾ ਇਹ ਸਾਰਾ ਰਿਕਾਰਡ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਕੱਲੇ ਮਲੇਰਕੋਟਲੇ ਇਲਾਕੇ ਵਿੱਚੋਂ 35 ਸਰੂਪ ਚੱਕੇ ਗਏ 1-2-5-7 ਨਹੀਂ 35 ਪੈਂਤੀਆਂ ਦੇ ਵਿੱਚੋਂ ਉਹ 35 ਦੇ 35 ਸਰੂਪ ਕਿੱਥੇ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਵਾਬ ਦੇਵੇ ਉਸ ਵਕਤ ਮੱਕੜ ਸੀ ਆਹ ਸਰਕਾਰ ਵਾਲੇ ਜਵਾਬ ਦੇਣ ਜੇ ਪੰਥ ਦਾ ਢੰਡੋਰਾ ਪਿੱਟਦੇ ਨੇ ਸ਼੍ਰੋਮਣੀ ਕਮੇਟੀ ਜਵਾਬ ਦੇਵੇ ਜਥੇਦਾਰ ਜਵਾਬ ਦੇਣ ਕਿਸੇ ਦਾ ਕੋਈ ਜਵਾਬ ਨਹੀਂ ਜੀ ਨੋਟ ਕਰਿਓ ਜੀ ਹਾਂ ਬਿਲਕੁਲ ਜੀ ਬਿਲਕੁਲ ਮੈਂ ਸਮਝਦਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਜਿਹੜੀ ਗੱਲ ਹੈ ਕੋਈ ਗੱਲ ਨਹੀਂ ਹੈ ਰਿਲੀਜਨ ਹੈ ਮੈਂ ਇਹ ਕਰਕੇ ਸਮਝ ਗਿਆ ਮੈਂ ਹਾਂਜੀ ਨੋਟ ਕਰਿਓ ਠੀਕ ਹੈ ਜੀ ਇਹ ਪੋਲੀਟਿਕਸ ਹੈ ਬਹੁਤ ਧੰਨਵਾਦ ਜੀ ਮੈਂ ਸਮਝ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੱਕ ਮਿੰਟ ਸੁਣਿਓ ਜੀ ਬੇਨਤੀ ਔਰ ਇਹ ਸਾਰੇ ਮੇਰੇ ਕੋਲ ਰਿਕਾਰਡ ਨੇ ਜੀ 35 ਸਰੂਪ ਮਹਾਰਾਜ ਦੇ ਚੁੱਕੇ ਗਏ 1-20 ਜਿਹੜਾ ਉਹ ਕੋਈ ਇਹਨਾਂ ਦਾ ਜਵਾਬ ਨਹੀਂ ਹੈ ਸਾਰਾ ਰਿਕਾਰਡ ਆਪਣੇ ਕੋਲ ਪਿਆ ਤੇ ਇਹ ਹਾਲਾਤ ਨੇ ਇੱਕ ਗੱਲ ਨੋਟ ਕਰਿਓ ਜੀ ਰਾਜਨੀਤਿਕ ਤੌਰ ਤੇ ਕੋਈ ਜਿਹੜੇ ਮਰਜ਼ੀ ਪਾਸੇ ਤੁਰਿਆ ਫਿਰੇ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੱਲ ਹੈ ਭਾਵਾਂ ਕੋਈ ਕਿਹੜੀ ਮਰਜ਼ੀ ਪਾਰਟੀ ਹੈ ਸਾਨੇ ਕੋਈ ਠੇਕਾ ਨਹੀਂ ਲਿਆ ਕਿਸੇ ਪਾਰਟੀ ਦਾ ਮੈਂ ਕਹਾਂ ਇੱਥੇ ਬਹਿ ਕੇ ਕਿਸੇ ਨੂੰ ਵੋਟ ਪਾਓ ਇਹਨੂੰ ਨਾ ਪਾਓ ਪਰ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਸਾਡਾ ਸਭ ਦਾ ਸਾਂਝਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਖਿਲਾਫ ਜਿਹੜੀਆਂ ਗੱਲਾਂ ਹੋਣਗੀਆਂ ਉਹਨੂੰ ਅਸੀਂ ਹਰ ਸਟੇਜ ਉੱਤੇ ਡਟ ਕੇ ਮੈਂ ਅੱਜ ਗੁਰੂ ਦੀ ਬਖਸ਼ਿਸ਼ ਨਾਲ ਤੀਜਾ ਦੀਵਾਨ ਲਾ ਰਿਹਾ ਪਹਿਲਾ ਦੀਵਾਨ ਮੋਗਾ ਸਾਹਿਬ ਨਾਲ ਖੋਟੇ ਪਿੰਡ ਸੀ ਦੂਜਾ ਦੀਵਾਨ ਤਲਵੰਡੀ ਸਾਬੋਵਾਲ ਸਿੰਘੋ ਪਿੰਡ ਸੀ ਤੀਜਾ ਦੀਵਾਨ ਤੁਹਾਡੇ ਕੋਲ ਆ ਦੋ ਦੀਵਾਨ ਕੱਲ ਨੂੰ ਨੇ
ਫਾਈਲ ਮੇਰੇ ਕੋਲ ਹੈ, ਫਾਈਲ ਮੈਂ ਹਰ ਸਟੇਜ ਤੇ ਦਿਖਾਉਣਾ ਤੇ ਜਿਹੜੇ ਮੇਰੇ ਵੀਰ ਪ੍ਰਬੰਧਕਾਂ ਤੇ ਕੋਈ ਗੱਲਾਂ ਨਾ ਕਰਨ, ਉਹ ਮੇਰੇ ਇਹਨਾਂ ਗੱਲਾਂ ਦਾ ਜਵਾਬ ਜਿਹੜਾ ਉਹ ਮੈਨੂੰ ਮਿਲ ਲੈਣ। ਕੋਈ ਬਾਅਦ ਚ ਕਹੇ ਨਾ ਗੱਲ ਠੀਕ ਹੈ ਬਜ਼ੁਰਗਾਂ ਦੀ, ਕਈ ਵਾਰੀ ਹੋ ਜਾਂਦੀ ਹੈ ਗੱਲ, ਤੇ ਉਹਨਾਂ ਨੂੰ ਤੁਸੀਂ ਮੇਰਾ ਬਾਇਓਡਾਟਾ ਬਜ਼ੁਰਗੋ ਦੇ ਦੇਣਾ ਵੀ ਮੈਂ ਰੋਜ਼ ਦਿਖਾਉਣਾ ਇਹ ਫਾਈਲ ਦੋ ਥਾਵੇਂ, ਘੱਟੋ ਘੱਟ ਦੋ ਥਾਵੇਂ ਰੋਜ਼ ਦਿਖਾਉਣਾ, ਤੇ ਮੈਂ ਤਿੰਨ ਥਾਵੇਂ ਵੀ ਦਿਖਾ ਦੇਣਾ ਜਿਵੇਂ ਅੱਜ ਗੁਰੂ ਦੀ ਬਖਸ਼ਿਸ਼ ਤਿੰਨ ਥਾਵੇਂ ਦੀਵਾਨ ਲਾ ਰਿਹਾ। ਇਸ ਕਰਕੇ ਇਹ ਸਾਰੀਆਂ ਗੱਲਾਂ ਆਪਾਂ ਯਾਦ ਰੱਖਣੀਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਇਹ ਪੋਲਿਟਿਕਸ ਨਹੀਂ ਹੁੰਦੀ, ਇਹ ਪੋਲਿਟਿਕਸ ਨਹੀਂ ਹੈ। ਅਸੀਂ ਹਰ ਗੱਲ ਨੂੰ ਰਾਜਨੀਤੀ ਨਾਲ ਹੀ ਜੋੜ ਲੈਂਦੇ ਹਾਂ, ਇਹ ਰਾਜਨੀਤਿਕ ਗੱਲ ਹੋ ਗਈ ਵੀ ਰਾਜਨੀਤਿਕਾਂ ਨੂੰ ਸਮਝਾਓ ਇਹੋ ਜਿਹੀਆਂ ਹਰਕਤਾਂ ਨਾ ਕਰਨ, ਧਿਆਨ ਰੱਖਿਓ। ਔਰ ਸਤਿਗੁਰੂ ਨੇ ਬਾਣੀ ਚ ਕੀਤੀ ਹੈ, ਮੈਂ ਇੱਕ ਦੋ ਪੰਕਤੀਆਂ ਪੜ੍ਹ ਦੇਣਾ। ਰਾਜੇਸ਼ੀ ਇਹ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬਚਨ ਨੇ ਕਿ ਜਦੋਂ ਇੱਕ ਹੁਕਮਰਾਨ ਧਰਮ ਤੋਂ ਟੁੱਟਦਾ ਤਾਂ ਉਹ ਬਘਿਆੜ ਬਣ ਕੇ ਜਨਤਾ ਦਾ ਖੂਨ ਪੀਂਦਾ, ਬਚਿਆ ਖੁਚਿਆ ਛੋਟੇ ਮੰਤਰੀ ਖਾ ਜਾਂਦੇ ਹੈ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਬਾਣੀ ਵਿੱਚ ਲਿਖਿਆ ਰਾਜੇਸ਼ੀ। ਬਾਣੀ ਚੋਂ ਬਾਹਰ ਮੈਂ ਇੱਕ ਵੀ ਗੱਲ ਕਰਾਂ ਮੈਨੂੰ ਨਾ ਉਹਦੀ ਨਾਲ ਟੋਕਦੇ ਹੋਣ, ਰਾਜੇਸ਼ੀ ਬੋਲੋ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਉ, ਰਤ ਪਿਤ ਕੁੱਤਿਓ ਚੱਟ ਜਾਓ। ਕੱਲ ਕਾਤੀ ਰਾਜੇ ਕੀ ਲਿਖਿਆ? ਕਸਾਈ, ਕਸਾਈ, ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ, ਕਹਿ ਚੜਿਆ ਹੋ ਭਾਲ ਵਿਕੁੰਨੀ ਹੋਈ, ਅਧੇਰੇ ਰਾਹ ਨਾ ਕੋਈ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਗੁਰੂ ਅਰਜਨ ਸਾਹਿਬ ਕਹਿੰਦੇ ਜਿਹਦੇ ਅੰਦਰ ਰਾਜਨੀਤੀ ਦਾ ਅਭਿਮਾਨ ਹੈ ਉਹ ਨਰਕ ਦਾ ਕੁੱਤਾ ਹੈ ਜੀ। ਇਹ ਗੁਰੂ ਅਰਜਨ ਸਾਹਿਬ ਦੀ ਬਾਣੀ ਦੇ ਬਚਨ ਨੇ, ਦੁਬਾਰਾ ਫਿਰ ਪੜ੍ਹ ਲਓ। ਜਿਸ ਕੈ ਅੰਤਰ ਸੋ ਨਰਕ ਪਾਤੀ ਹੋਵਤ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਬਚਨਾਂ ਦੀ ਵਿਆਖਿਆ ਕਰਦਿਆਂ ਲਿਖਦੇ ਨੇ, ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਬੋਲੋ ਉੱਚੀ ਹੁਣ ਰਾਜੇ ਉਲਟੀ ਵਾੜ। ਕੌਣ ਕੌਣ ਕਾਨੂੰਨ ਮੇਰੇ ਤੇ ਲਾਗੂ ਹੁੰਦਾ? ਮੇਰੇ ਤੇ ਕੀ ਭਾਈ ਗੁਰਦਾਸ ਜੀ ਤੇ ਲਾਗੂ ਕਰੋ? ਕੱਲ ਰਾਜੇ ਪਾਪ ਕਮਾਵਦੇ ਉਲਟੀ ਵਾੜ। ਇਹ ਸਮਾਂ ਬੜਾ ਜਾਗਰਤ ਹੋ ਰਹੀ ਹੈ ਸੰਗਤ, ਹੁਣ ਗੁਰੂ ਦੀ ਬਖਸ਼ਿਸ਼ ਹੈ। ਉਹ ਸਮਾਂ ਲੰਘ ਗਿਆ ਜੋ ਰਾਗੀ ਸਿੰਘ ਨੇ ਕਿੰਨੇ ਸ਼ਬਦ ਪੜ੍ਹਤਾ ਭਾਈ ਗੁਰਦਾਸ ਜੀ ਦੀ ਪੌੜੀ, ਕੁੱਤਾ ਰਾਜ ਬਹਾਲੀ ਹੈ ਫਿਰ ਉਹਨੂੰ ਕਹਿੰਦੇ ਛੁੱਟੀ ਕਰੋ, ਇਹ ਕੀ ਕਰਨਾ ਤੂੰ, ਇਹ ਕੀ ਪੜ੍ਹਨਾ? ਉਹ ਕਹਿੰਦਾ ਭਾਈ ਗੁਰਦਾਸ ਜੀ ਦੀ ਬਾਰ ਹੈ, ਇਹ ਬਕਾਇਦਾ ਲਿਖਿਆ ਹੋਇਆ ਸਿੱਖ ਰਹਿਤ ਮਰਿਆਦਾ ਚ, ਸਿੱਖ ਰਹਿਤ ਮਰਿਆਦਾ ਚ ਲਿਖਿਆ ਕਿ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੇ ਬਚਨਾਂ ਦਾ, ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦਾ ਕੀਰਤਨ ਹੋ ਸਕਦਾ ਜੀ, ਹੋ ਸਕਦਾ। ਪਰ ਰਾਗੀ ਸਿੰਘ ਨੂੰ ਉਹਨੂੰ ਕਹਿੰਦੇ ਛੁੱਟੀ, ਕਹਿੰਦੇ ਇਹ ਨਹੀਂ ਪੜ੍ਹਨਾ। ਉਹ ਕਹਿੰਦਾ ਜੀ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ। ਕਹਿੰਦੇ ਚਲੇ ਲਿਖੇ ਹੀ ਹੈ ਪਰ ਇਹਦੇ ਚ ਗੱਲ ਸਾਡੀ ਹੋ ਗਈ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ। ਇਹ ਸ਼ਬਦਾਂ ਦੀ ਵਿਆਖਿਆ ਰੋਜ਼ਾਨਾ ਕਰਿਆ ਕਰੂੰ ਜਿੰਨਾ ਚਿਰ ਸਾਹ ਚੱਲਦੇ ਗੁਰੂ ਦੀ ਬਖਸ਼ਿਸ਼ ਨਾਲ। ਰੋਜ਼ਾਨਾ ਬਥੇਰੀਆਂ ਧਮਕੀਆਂ, ਬਥੇਰੇ ਡਰਾਬੇ, ਬਹੁਤ ਕੁਛ ਕਰ ਲਿਆ, ਪਰ ਨਾ ਗੁਰੂ ਸਾਹਿਬ ਅੱਗੇ ਅਰਦਾਸ ਹੈ ਤੁਸੀਂ ਕਰਿਓ ਸਾਰੇ ਭੈਣ ਭਰਾ। ਸੰਗਤ ਦੀ ਅਰਦਾਸ ਚ ਬੜੀ ਪਾਵਰ ਹੁੰਦੀ ਹੈ। ਕੀ ਅਰਦਾਸ ਕਰਨੀ ਪਾਤਸ਼ਾਹ? ਇਸ ਤੋਂ ਪਹਿਲਾਂ ਦਵੀਏ, ਵਿਕੀਏ, ਡਰੀਏ, ਉਸ ਤੋਂ ਪਹਿਲਾਂ ਆਪਣੀ ਬਖਸ਼ਿਸ਼ ਕਰਕੇ ਜਿੰਦ ਨੂੰ ਪਿੰਡੇ ਚੋਂ ਕੱਢ ਲਈ, ਮਾਰ ਹੀ ਨਹੀਂ, ਮਰਨਾ ਤਾਂ ਮਨਜ਼ੂਰ ਹੈ ਪਰ ਜਿਹੜੇ ਤੇਰੇ ਪੰਥ ਦੇ ਦੁਖੀ ਨੇ, ਤੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੀ ਬੇਅਦਬੀ ਕਰਵਾਉਣ ਵਾਲੇ ਲੋਕ ਨੇ, ਉਹਨਾਂ ਤੋਂ ਕਦੇ ਝਿਪ ਨਾ ਜਾਈਏ ਭੁੱਲ ਕੇ। ਫਰੀਦਾ ਫਰੀਦਾ ਬਾਰ ਪਰਾਇਆ ਵੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਏਵੇ ਰੱਖਸੀ ਜੀਓ ਸਰੀਰੋਂ ਲੈ। ਚਲੋ ਇਹ ਮੈਂ ਕਰੰਟ ਮਸਲਿਆਂ ਤੇ ਗੱਲ ਕਰ ਲਈ ਥੋੜੀ ਜੀ, ਹੁਣ ਨੋਟ ਕਰਿਓ। ਪਰ ਨਿੰਦਾ ਨੇ ਸਰੋਤ ਸਰਵਣ, ਇਹ ਨਿੰਦਾ ਨਹੀਂ ਹੈ ਸੱਚ ਹੈ, ਇਹ ਵੀ ਸੱਚੀ ਗੱਲ ਹੈ, ਜੇ ਕੋ ਬੋਲੇ ਸੱਚ। ਹੋ ਸਕਦੀ ਹੈ ਤਕਲੀਫ ਥੋੜੀ ਮੋਟੀ, ਧਿਆਨ ਰੱਖਿਓ। ਇਹ ਕਾਨੂੰਨ, ਇਹ ਸਾਰੇ ਸਿਸਟਮ ਉਦੋਂ ਕਿੱਥੇ ਹੁੰਦੇ ਜਦੋਂ ਨੌਜਵਾਨ ਪੁੱਤਾਂ ਦੀ ਉੱਥੇ ਸਮੈਕ ਨਾਲ ਕਿੰਨੇ ਘਰ ਪੱਟੇ ਗਏ ਨਸ਼ੇ, ਉੱਥੇ ਉਦੋਂ ਕਿੱਥੇ ਹੁੰਦੇ ਨੇ? ਉਦੋਂ ਸਰਕਾਰ ਦੀਆਂ ਏਜੰਸੀਆਂ ਕਿੱਥੇ ਨੇ? ਦੱਸੋ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਨੇ? ਇਹ ਗੱਲਾਂ ਕਰਦੇ ਹੋ ਅਸੀਂ ਰਾਜਨੀਤਿਕਾਂ, ਅਸੀਂ ਪੋਲੀਟੀਕਲ ਆਏ ਗੱਲਾਂ? ਸਾਡੇ ਗੁਰੂ ਨੂੰ ਅਗਲਾ ਪਾੜ ਕੇ ਖਣਾ ਦੇਵੋ, ਅਸੀਂ ਰੋ ਵੀ ਨਹੀਂ ਸਕਦੇ, ਗੁਰਦੁਆਰਿਆਂ ਚ ਦੱਸ ਵੀ ਨਹੀਂ ਸਕਦੇ ਲੋਕਾਂ ਨੂੰ ਕਿ ਆਹ ਤੁਸੀਂ ਗਲਤ ਕਰਤਾ ਯਾਰ, ਅਸੀਂ ਇਹੀ ਕਹਾਂਗੇ ਇੱਕ ਠੋਕ ਕੇ। ਕਮਾਲ ਹੋ ਗਈ ਵੀ ਕੁੱਟੋ ਵੀ ਤੇ ਰੋਣ ਵੀ ਨਾ ਦੇਵੋ, ਇਹ ਨਹੀਂ ਚੱਲਣੀਆਂ। ਮੈਂ ਸਾਫ਼ ਕਹੂੰਗਾ ਕੋਟ ਕਪੂਰੇ ਵਾਲਿਆਂ ਨੂੰ ਤਾਂ ਚਾਹੀਦਾ ਜਵਾਨ ਤਾਂ ਜ਼ਬਤ ਕਰਾ ਕੇ ਇਹਨਾਂ ਦਾ ਦਿਮਾਗ ਸੈੱਟ ਕਰਨ।
ਪਰ ਨਿੰਦਾ ਨੇ ਸਰੋਤ ਸਰਵਣੰ ਆਪ ਤਿਆਗ ਸਗਲ ਰੇਣੁਕੈ ਆਪਾ ਭਾਵ ਤਿਆਗ ਕੇ ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿੰਦੇ ਸਤਪੁਰਸ਼ ਹੰਕਾਰ ਨਹੀਂ ਸਾਰਿਆਂ ਦੀ ਚਰਨ ਧੂੜੀ ਉਹ ਕਹਿੰਦੇ ਖਾਲਸਾ ਵੀ ਵਾਹਿਗੁਰੂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਫਤਿਹ ਵੀ ਇਹ ਹੈ ਚਰਨ ਧੂੜੀ ਬਣ ਕੇ ਰਹਿਣਾ ਖੱਟ ਲੱਖਣ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ ਹੈ ਇਹ ਛੇ ਲੱਛਣ ਮਹਾਂਪੁਰਖ ਦੇ ਨੇ ਇਹ ਆਪਾਂ ਅੱਜ ਸਤਿਗੁਰੂ ਜੀ ਦੀ ਬਾਣੀ ਵਿੱਚੋਂ ਵਿਚਾਰ ਲਿਆ ਨਾਲ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਦਰਸ਼ਨ ਕਰ ਲਏ ਕਰੰਟ ਮਸਲਿਆਂ ਉੱਤੇ ਗੱਲ ਕਰ ਲਈ ਆਪਾਂ ਕੋਈ ਪ੍ਰਬੰਧਕ ਵੀਰਾਂ ਤੇ ਗਿਲਾ ਨਾ ਕਰੇ ਮੇਰੇ ਭਰਾਵਾਂ ਤੇ ਜਾਂ ਕੋਈ ਇੱਥੋਂ ਦੀ ਮੈਨੇਜਮੈਂਟ ਤੇ ਉਹ ਜੇ ਕਿਸੇ ਨੂੰ ਕੋਈ ਲੱਗਦਾ ਕੋਈ ਹੈ ਹੀ ਨਹੀਂ ਕੋਈ ਲੱਗਦਾ ਤਾਂ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਆਪਣਾ ਆਹ ਮੇਰੇ ਕੋਲ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਦੇ ਦੇਣ ਮੈਂ ਤਾਂ ਆਪ ਮੈਂ ਨਾਲ ਸਪੋਰਟ ਕਰੂੰਗਾ ਯਾਰ ਮੈਨੂੰ ਜਵਾਬ ਦੇ ਦਿਓ ਬੰਦਾ ਵਧੀਆ ਨਹੀਂ ਮੈਂ ਜੀ ਮੇਰੀ ਬਹੁਤ ਚੱਲਦੀ ਮੈਂ ਰੋਜ਼ ਆਇਆ ਕਰੂੰ ਨਾਲ ਰੈਲੀ ਦੇ ਮੈਂ ਤਾਂ ਨਾਲ ਰੈਲੀਆਂ ਦੇ ਕਰਾਉਣ ਨੂੰ ਤਿਆਰ ਹਾਂ ਮੈਂ ਨਾਲ ਲੈ ਜਾਓ ਪਰ ਆਹ ਗੱਲ ਦਾ ਜਵਾਬ ਦੇ ਦਿਓ ਪਹਿਲਾਂ